ਸਾਡੇ ਨਾਲ ਐਸਪੀਪੀ ਨੇ ਸਪੈਸ਼ਲ ਪਬਲਿਕ ਪ੍ਰੋਸੀਕਿਊਟਰ ਸਰਤੇਜ ਨਰੂਲਾ ਜੀ ਉਹਨਾਂ ਤੋਂ ਜਾਣਦੇ ਆ 6 ਘੰਟੇ ਪੁੱਛਗਿੱਛ ਕੀਤੀ ਗਈ 300 ਤੋਂ ਜ਼ਿਆਦਾ ਸਵਾਲ ਜਿਹੜੇ ਨੇ ਉਹ ਪੁੱਛੇ ਗਏ ਐਸਆਈਟੀ ਸੰਤੁਸ਼ਟ ਨਹੀਂ ਸੀ ਇਹੀ ਕਾਰਨ ਹੈ ਕਿ ਦੁਬਾਰਾ ਤੋਂ ਸਮਨ ਕੀਤਾ ਗਿਆ ਅੱਜ ਦਾ ਮੈਡੀਕਲ ਕੀ ਕਿਸ ਤਰ੍ਹਾਂ ਦੇਖਦੇ ਹੋ ਇਸ ਮੈਡੀਕਲ ਨੂੰ ਇੱਦਾਂ ਜੀ ਦੇਖੋ ਕਿ ਜਿਹੜਾ ਪੁੱਛਗਿੱਛ ਹੋਈ ਸੀ ਐਸਆਈਟੀ ਵੱਲੋਂ ਉਹਦੇ ਵਿੱਚ ਸੁਮੇਧ ਸੈਣੀ ਨੇ ਕੋਈ ਵੀ ਜਵਾਬ ਸਿੱਧੇ ਤੌਰ 'ਤੇ ਨਹੀਂ ਦਿੱਤਾ ਹਿਸ ਰਿਪਲਾਈਜ਼ ਵਾਰ ਕੰਪਲੀਟਲੀ ਐਲਿਊਜ਼ਿਵ ਜਿਵੇਂ ਉਹ ਪਹਿਲਾਂ ਕਹਿੰਦਾ ਸੀ ਮੈਨੂੰ ਯਾਦ ਨਹੀਂ ਮੈਨੂੰ ਪਤਾ ਨਹੀਂ ਇਹ ਵੀ ਨਹੀਂ ਪਤਾ ਕਿ ਪੁਲਿਸ ਦੀਆਂ ਟੀਮਾਂ ਬਾਹਰ ਜਾਂਦੀਆਂ ਸੀ ਨਹੀਂ ਜਾਂਦੀਆਂ ਸੀ ਮੈਨੂੰ ਪੁੱਛ ਕੇ ਨਹੀਂ ਜਾਂਦੀਆਂ ਸੀਗੀਆਂ ਇਹ ਸਭ ਗੱਲਾਂ ਉੱਦਾਂ ਹੀ ਜਿਵੇਂ ਪਹਿਲਾਂ ਕੀਤਾ ਸੀ ਉੱਦਾਂ ਦੇ ਹੀ ਐਗਜੈਕਟਲੀ ਜਵਾਬ ਆਏ ਵਿਚ ਆਰ ਕੰਪਲੀਟਲੀ ਐਲਿਊਜ਼ਿਵ ਐਂਡ ਨੋਨ ਡਿਸਕ੍ਰਿਪਟ ਸੋ ਅਸੀਂ ਹੁਣ ਜੋ ਤਫਤੀਸ਼ ਅੱਗੇ ਵਧਾਉਣੀ ਹੈ ਹੋਰ ਮੁਲਜ਼ਮ ਫੜਨੇ ਹੈ ਸਾਨੂੰ ਸਾਡੀ ਗੱਲਾਂ ਦੇ ਜਵਾਬ ਚਾਹੀਦੇ ਹੈ ਉਹਨੇ ਕਿਸੇ ਵੀ ਗੱਲ ਦਾ ਕੋਈ ਵੀ ਠੀਕ ਤਰੀਕੇ ਨਾਲ ਜਵਾਬ ਨਹੀਂ ਦਿੱਤਾ ਬਿਲਕੁਲ ਇੱਕ ਤਾਂ ਇਹ ਗੱਲ ਹੈ ਔਰ ਇੱਥੇ ਤੱਕ ਹੈ ਕਿ ਜੋ ਵੀ ਬੋਲਿਆ ਗਿਆ ਉਹ ਝੂਠ ਹੈ ਉਹ ਕਿੱਦਾਂ ਸਾਬਿਤ ਹੈ ਝੂਠ ਉਹ ਇਸ ਲਈ ਕਿ ਅਸੀਂ ਉਹਨੂੰ ਪੁੱਛਿਆ ਗਿਆ ਐਸਆਈਟੀ ਨੇ ਵੱਲੋਂ ਪੁੱਛਿਆ ਗਿਆ ਸੀਗਾ ਕਿ ਤੇਰਾ ਫੋਨ ਨੰਬਰ ਕੀ ਹੈ ਉਹ ਕਹਿੰਦਾ ਜੀ ਮੈਨੂੰ ਆਪਣਾ ਫੋਨ ਨੰਬਰ ਹੀ ਯਾਦ ਨਹੀਂ ਹੈ ਫਿਰ ਉਹਨੂੰ ਪੁੱਛਿਆ ਜਿਹੜਾ ਤੂੰ ਫੋਨ ਲੈ ਕੇ ਆਇਆ ਸੀ ਅੱਜ ਜਿਹੜਾ ਬਾਹਰ ਰਖਵਾਇਆ ਹੈ ਉਹ ਫੋਨ ਕਿਹਦਾ ਕਹਿੰਦਾ ਮੈਨੂੰ ਇਹ ਵੀ ਨਹੀਂ ਯਾਦ ਕਿਹਦਾ ਫੋਨ ਹੈ ਉਹਦਾ ਨੰਬਰ ਕੀ ਹੈ ਉਹ ਵੀ ਨਹੀਂ ਯਾਦ ਪਰ ਜਦੋਂ ਉਹਨੂੰ ਪੁੱਛਿਆ ਗਿਆ ਕਿ ਜੇ ਤੈਨੂੰ ਕੰਟੈਕਟ ਨਾ ਕਰ ਸਕੀਏ ਤਾਂ ਫਿਰ ਅਸੀਂ ਕਿਹਨੂੰ ਕੰਟੈਕਟ ਕਰੀਏ ਉਹਦੇ ਤਹਿਤ ਉਹਨੇ ਆਪਣੇ ਭਰਾ ਦਾ ਨਾਮ ਲਿਖਾਇਆ ਔਰ ਉਹਦੇ ਨਾਲ ਹੀ ਆਪਣੇ ਭਰਾ ਦਾ ਫੋਨ ਨੰਬਰ ਵੀ ਲਿਖਾਤਾ ਜਵਾਨੀ ਸੋ ਦਿਸ ਇਜ਼ ਵੈਰੀ ਸਰਪ੍ਰਾਈਜ਼ਿੰਗ ਕਿ ਇੱਕ ਬੰਦੇ ਨੂੰ ਆਪਣੇ ਭਰਾ ਦਾ ਫੋਨ ਨੰਬਰ ਤਾਂ ਜਵਾਨੀ ਯਾਦ ਹੈ ਆਪਣਾ ਨਹੀਂ ਯਾਦ ਅੱਜ ਜੀ ਜਦੋਂ ਐਸਆਈਟੀ ਉੱਥੇ ਬੈਠੀ ਸੀਗੀ ਇਨਵੈਸਟੀਗੇਸ਼ਨ ਵਾਸਤੇ ਦੁਬਾਰਾ ਅਤੇ ਇੱਕ ਵਟਸਐਪ ਮੈਸੇਜ ਫਿਰ ਆਇਆ ਕੋਈ ਰਮਿੰਦਰ ਹੈਗੇ ਹੈ ਸੰਧੂ ਹੂ ਕਲੇਮਸ ਟੂ ਬੀ ਅ ਲੋਇਰ ਹੁਣ ਹੈ ਕਿ ਨਹੀਂ ਇਹ ਵੀ ਨਹੀਂ ਪਤਾ ਕਿਉਂਕਿ ਜਿਹੜਾ ਵਟਸਐਪ ਆਇਆ ਉਹਦੇ ਨਾਲ ਉਹਨਾਂ ਦੀ ਆਪਣੀ ਵਕਾਲਤ ਦਾ ਵੀ ਕੋਈ ਪਰੂਫ ਨਹੀਂ ਹੈ ਉਹਨਾਂ ਦਾ ਇੱਕ ਵਟਸਐਪ ਆਇਆ ਜਿਹਦੇ 'ਚ ਲਿਖਿਆ ਸੀਗਾ ਕਿ ਮੇਰਾ ਕਲਾਇੰਟ ਠੀਕ ਨਹੀਂ ਹੈ ਤਬੀਅਤ ਉਹਦੀ ਉਹਨੂੰ ਬੈੱਡ ਰੈਸਟ ਐਡਵਾਈਜ਼ ਕਰਤਾ ਗਿਆ ਇਸ ਕਰਕੇ ਉਹਨੇ ਆਖਦਾ ਸਾਨੂੰ ਰੀਜ਼ਨੇਬਲ ਟਾਈਮ ਦਿੱਤਾ ਜਾਏ ਜੁਆਇਨਿੰਗ ਵਾਸਤੇ ਦੁਬਾਰਾ ਪਰ ਇਹ ਵੀ ਸਿਰਫ ਇੱਕ ਵਕਾਰ ਹੈ ਜੇ ਮੈਂ ਕਹਾਂ ਇਟ ਇਜ਼ ਜਸਟ ਅ ਫਾਰਸ ਉਹਦਾ ਕਾਰਨ ਹੈ ਕਿਹੜਾ ਮੈਡੀਕਲ ਸਰਟੀਫਿਕੇਟ ਆਇਆ ਹੈ ਉਹ ਇੱਕ ਤਾਂ ਕਿਸੇ ਡਾਕਟਰ ਭਟਨਾਗਰ ਦਾ ਹੁਣ ਡਾਕਟਰ ਭਟਨਾਗਰ ਕਿੱਥੇ ਹੈ ਦਿੱਲੀ ਹੈ ਚੰਡੀਗੜ੍ਹ ਹੈ ਅੰਬਾਲਾ ਹੈ ਕਰਨਾਲ ਹੈ ਕਿ ਮਦਰਾਸ 'ਚ ਹੈ ਇਹ ਸਾਨੂੰ ਨਹੀਂ ਪਤਾ ਕਿਉਂਕਿ ਉਸ 'ਤੇ ਨਾ ਕਿਸੇ ਹੋਸਪਿਟਲ ਦਾ ਨਾਮ ਹੈ ਨਾ ਕੋਈ ਐਡਰੈੱਸ ਹੈ ਨਾ ਡਾਕਟਰ ਸਾਹਿਬ ਦੀ ਮੋਹਰ ਹੈ ਨਾ ਡਾਕਟਰ ਸਾਹਿਬ ਦਾ ਐਡਰੈੱਸ ਹੈ ਅਸੀਂ ਉਹਦੇ ਜਵਾਬ ਇਹ ਦਿੱਤਾ ਕਿ ਦੇਖੋ ਪਹਿਲਾਂ 23 ਨੂੰ ਨਹੀਂ ਆਇਆ ਫਿਰ ਆਪਣਾ ਦਿਲ ਕੀਤਾ ਤਾਂ 25 ਨੂੰ ਆ ਕੇ ਹਾਜ਼ਰੀ ਲਵਾ ਲਈ ਆਪਣੇ ਆਪ ਕੇ 25 ਨੂੰ ਮੈਂ ਆ ਗਿਆ ਉਹਦੇ ਬਾਅਦ ਅਸੀਂ ਇਹਨੂੰ ਬੁਲਾਇਆ ਸੀਗਾ 28 ਨੂੰ 28 ਨੂੰ ਇਹਨੇ ਕੋਈ ਜਵਾਬ ਨਹੀਂ ਦਿੱਤੇ ਠੀਕ ਤਰੀਕੇ ਨਾਲ ਔਰ ਜਿਹੜਾ 25 ਨੂੰ ਇਹ ਪੇਸ਼ ਹੋਏ ਸੀਗੇ ਉਸ ਦਿਨ ਆ ਕੇ ਕੋਰਟ 'ਚ ਉਹ ਸਿਰਫ ਇਹ ਦਿਖਾਉਣ ਲਈ ਸੀ ਕਿ ਜੀ ਮੈਂ ਭਗੌੜਾ ਨਹੀਂ ਹੋਇਆ ਔਰ ਕਿਉਂਕਿ ਉਸ ਦਿਨ ਮਸਲਾ ਸੁਪਰੀਮ ਕੋਰਟ 'ਚ ਪੈਂਡਿੰਗ ਸੀਗਾ ਇਹਨਾਂ ਦੀ SLP ਪੈਂਡਿੰਗ ਸੀ ਕੁਐਸ਼ਨ ਪਟੀਸ਼ਨ ਔਰ ਟ੍ਰਾਂਸਫਰ ਪਟੀਸ਼ਨ ਦੀ ਡਿਸਮਿਸਲ ਦੇ ਅਗੇਂਸਟ ਉਹਦੇ ਕਰਕੇ ਜਾਣ ਕੇ ਹਾਜ਼ਰੀ ਲਵਾਉਣੀ ਸੀਗੀ ਔਰ ਇਹ ਹੁਣ ਜ਼ਾਹਿਰ ਹੋ ਗਿਆ ਕਿਉਂਕਿ ਅੱਜ ਵੀ ਨਹੀਂ ਆਇਆ ਜਾਣ ਕੇ ਫਿਰ ਤੋਂ ਨਹੀਂ ਆਇਆ ਆਪਣੀ ਮਰਜ਼ੀ ਨਾਲ ਅਸੀਂ ਇਹ ਸਾਰੀਆਂ ਗੱਲਾਂ ਹੁਣ ਕੋਰਟ ਦੇ ਸਾਹਮਣੇ ਪੇਸ਼ ਕਰਤੀਆਂ ਔਰ ਮਸਲਾ ਇਹ ਕੱਲ੍ਹ ਟੇਕ ਅਪ ਹੋਏਗਾ ਹੁਣ ਬਹਿਸ 'ਤੇ ਕੈਮਰਾਮੈਨ ਜੈ ਪ੍ਰਕਾਸ਼ ਨਾਲ ਨੇਤਿਕਾ ਮਹੇਸ਼ ਬੀਸੀ ਮੀਡੀਆ ਚੰਡੀਗੜ੍ਹ।